ਲਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ ਤੇ ਅੱਜ ਆਪਾਂ ਫਿਰ ਬਾਈ ਨਿਰਮਲ ਕੋਲੇ ਖੜੇ ਆਂਗੇ ਤੇ ਬਾਈ ਨਾਲ ਗੱਲਬਾਤ ਕਰ ਦੇਂਗੇ ਕਿੰਨੇ ਟਰੈਕਟਰ ਹੈਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਠੀਕ ਹੋ ਬਾਈ ਜੀ? ਵਧੀਆ। ਮੇਨ ਲੋਕੇਸ਼ਨ ਬਾਈ ਜੀ ਨਿਰਮਲ ਬਾਈ ਕੀ ਆਪਣੇ? ਮੋੜ ਮੰਡੀ। ਠੀਕ ਹੈ ਜੀ। ਪਿੰਡ ਕੋਲੀ ਖੁਰਦ। ਠੀਕ ਹੈ ਜੀ। ਤੇ ਨੌਰਾ ਕਿੱਥੇ ਹੈ ਬਾਈ ਜੀ ਆਪਣਾ? ਆਪਣਾ ਨੌਰਾ ਤਲਵੰਡੀ ਸਾਬੋ ਹੀ ਆ। ਤਲਵੰਡੀ ਸਾਬੋ ਵੀ ਆ। ਟਰੈਕਟਰ ਕਰੇ ਵੀ ਹੋ ਜਾਂਦੇ ਨੇ ਆਪਣੇ? ਘਰੇ ਵੀ ਹੁੰਦੇ ਨੇ, ਦੁਕਾਨ ਤੇ ਵੀ ਹੁੰਦੇ ਨੇ, ਇੱਥੇ ਵੀ ਖੜਾ ਜਾਂਦੇ। ਠੀਕ ਹੈ। ਦੁਕਾਨ ਕਿੱਥੇ ਬਾਈ ਜੀ ਆਪਣੀ? ਮੋੜ ਮੰਡੀ। ਮੋੜ ਮੰਡੀ। ਠੀਕ ਹੈ ਬਾਈ ਜੀ। ਤੇ ਉੱਥੇ ਕਿੰਨੇ ਟਰੈਕਟਰ ਹੋ ਜਾਂਦੇ ਨੇ ਬਾਈ? ਉੱਥੇ ਦੋ ਤਿੰਨ ਖੜੇ ਨੇ। ਦੋ ਤਿੰਨ ਟਰੈਕਟਰ ਖੜੇ ਹੁੰਦੇ ਨੇ। ਠੀਕ ਹੈ ਬਾਈ ਜੀ। ਤੇ ਲੋਨ ਕਿੱਪਾ ਬਾਈ? ਲੋਨ ਲੱਪਾ ਕਰਾ ਦੇਣਾ ਕਿਸੇ ਵੀਰ ਕੋਈ ਡਾਊਨ ਪੇਮੈਂਟ ਹੋਵੇ। ਠੀਕ ਹੈ ਜੀ। ਉਹ ਕਰਾ ਦੇਣਾ, ਕੋਈ ਚੱਕਰ ਨਾ ਮੈਨੂੰ। ਕੋਈ ਚੱਕਰ ਨਾ ਮੈਨੂੰ। ਤੇ ਘੱਟ ਪੈਸੇ, ਥੋੜੇ ਪੈਸੇ ਦੇ ਵੀ ਟਰੈਕਟਰ ਦੇ? ਹੋਰ ਹੋਰ, ਹੁਣ ਨਗਦ ਕਿਹਦੇ ਕੋਲੇ ਹੁੰਦੇ? ਥੋੜੇ ਪੈਸੇ ਲੈ ਕੇ ਕਹਿੰਦਾ ਮੈਂ ਟਰੈਕਟਰ ਲੈਣਾ, ਉਹਦਾ ਸੁਪਨਾ ਸਾਕਾਰ ਹੋ ਜਾਂਦਾ, ਆਪਾਂ ਸੰਦ ਵੇਚ ਕੇ ਆਉਂਦਾ। ਹਾਂ ਠੀਕ ਹੈ ਬਾਈ। ਹੁਣ ਤੁਹਾਨੂੰ ਜ਼ਿਆਦਾ ਪੈਸੇ ਲਿਆਉਣ ਦੀ ਲੋੜ ਨਹੀਂ ਬਾਈ ਜੀ, ਥੋੜੇ ਪੈਸੇ ਨਾਲ ਵੀ ਬਾਈ ਟਰੈਕਟਰ ਦੇ ਦਿੰਦਾਗਾ ਤੇ ਤੋਂ ਬਾਅਦ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ ਨਾ ਬਾਈ? ਜਦੋਂ ਮਰਜ਼ੀ ਫੋਨ। ਹਾਂ ਜਦੋਂ ਮਰਜ਼ੀ। ਠੀਕ ਹੈ ਜੀ। ਚਲੋ ਬਾਈ ਜੀ, ਆਪਾਂ ਇੰਡੋ ਫਾਰਮ ਤੋਂ ਸਟਾਰਟ ਕਰਾਂਗੇ ਟਰੈਕਟਰ ਦੀ। ਇਹ 17 ਮਾਡਲ ਆ। ਇਹ ਵੀ 17 ਮਾਡਲ ਆ। ਇਹ 4 ਸਿਲੰਡਰ ਆ, 7 HP ਦਾ। ਠੀਕ ਹੈ ਜੀ। ਤੇ ਟਾਇਰ ਨਵੇਂ ਨੇ, ਪਾਵਰ ਸਟੀਅਰਿੰਗ ਆ। ਪਾਵਰ ਸਟੀਅਰਿੰਗ ਆਗਾ। ਹਾਂ। ਤੇ ਨਾਲ ਦੇ ਟਾਇਰ ਤਾਂ ਨਹੀਂ ਹੈ ਜੀ? ਨਾ, ਨਾਲ ਦੇ ਨਵੇਂ ਲਾਤ ਤੇ ਦੁਬਾਰੇ ਪਾਇਆ ਨਵੇਂ ਪਾਤੇ। ਠੀਕ ਹੈ ਜੀ। 17 ਮਾਡਲ ਤੇ ਕਿਹੜਾ ਮਾਡਲ ਆ ਬਾਈ ਜੀ? ਇਹ 7 ਦਿਨ ਦਾ ਦੇ ਦਾਂਗੇ ਆਪਾਂ। ਠੀਕ ਹੈ ਜੀ। ਤੇ 3 ਲੱਖ 50 ਹਜ਼ਾਰ 385 ਰੇਟ ਆ। ਠੀਕ ਹੈ। 3,85,000 ਰੁਪਏ ਡਿਮਾਂਡ ਆ। 50 ਦਾ ਮੰਨ ਕੇ ਚੱਲੋ 35,000 ਰੁਪਏ ਛੂਟ ਹੋ ਗਈ ਪਹਿਲੇ। ਹਾਂ। ਲੈ ਵੀ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ ਹੀ ਆ, ਰੰਗ ਪੇਂਟ ਦਾ ਜੀ। ਓਰੀਜਨਲ ਆ ਸਾਰਾ? ਸਾਰਾ ਓਰੀਜਨਲ ਆ। ਹਾਂ। ਚਲੋ ਵੀ ਚੈੱਕ ਕਰੋ। ਤੇ ਅੱਗੇ ਕਹਿਆ ਬਾਈ ਜੀ ਸੋਨਾਲੀਕਾ 750 ਬੋਲੀ ਜਦੋਂ 3 ਸਪੀਡ ਆਗਾ। ਹਾਂ। 21 ਮਾਡਲ। 21 ਮਾਡਲ ਆਗਾ। ਤੇ ਟਾਇਰ ਟੱਪੇ ਜੀ ਨਾਲ ਦੇ ਨੇ 450 ਘੰਟਾ, 550 ਘੰਟਾ ਚੱਲਦਾ। ਲੈ ਵੀ 550 ਘੰਟਾ ਚੱਲੇ ਆ, ਪੂਰਾ ਕੋਕਾ ਪੀਸਾ ਟਰੈਕਟਰ ਆ। 3 ਸਪੀਡ ਆ, ਚੇਂਜਰ ਵਾਲਾ ਟਰੈਕਟਰ ਹੈਗਾ, ਸੁਪਰ ਸੀਡਰ ਨੂੰ ਪੂਰੀ ਧੱਕ ਪਾਉਣ ਵਾਲਾ। ਹਾਂ। ਤੇ ਕੀ ਡਿਮਾਂਡ ਆ ਬਾਈ ਜੀ? ਇਹ ਦੇ ਦਾਂਗੇ ਆਪਾਂ 5,85,000 ਦਾ। 5,85,000 ਦਾ ਖੁੱਲੇ ਡਿਸਕਾਊਂਟ ਨੇ ਇਹਦੇ। ਫੁੱਲੋ ਲੈ ਵੀ ਖੁੱਲੇ ਡਿਸਕਾਊਂਟ ਨੇ। ਜੇ ਕਿਨੇ ਵੀਰ ਨੇ ਲੋਨ ਕਰਾਉਣਾ, 6 ਲੱਖ ਰੁਪਏ ਲੋਨ ਕਰਾ ਦਾਂਗੇ। ਲੈ ਵੀ 6 ਲੱਖ ਰੁਪਏ ਦਾ ਲੋਨ ਵੀ ਹੋ ਜਾਊਗਾ। ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ, ਪੂਰਾ ਕੋਕਾ ਪੀਸਾ। ਤੇ ਅੱਗੇ ਆ ਗਿਆ ਬਾਈ ਜੀ 750 ਦਾ ਸੋਨਾਲੀਕਾ। ਇਹ ਕਿੰਨੇ ਮਾਡਲ? 21 ਮਾਡਲ। ਲੈ ਬਈ 21 ਮਾਡਲ ਹੈਗਾ। ਟਰੈਕਟਰ ਦੀ ਕੰਡੀਸ਼ਨ, ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ? ਨਵੇਂ ਨਾਲ ਦੇ ਨੇ? ਨਾਲ ਦੇ ਨਵੇਂ ਟਾਇਰ ਨੇਗੇ। ਤੇ ਕਿੰਨੇ ਘੰਟੇ ਚੱਲਿਆ ਬਾਈ ਜੀ? ਇਹ ਪਤਾ ਨਹੀਂ ਕਿੰਨਾ ਚੱਲਿਆ, ਕਾਪੇ ਨੇ ਦੇਖਿਆ। ਇਹ ਦੇ ਦਾਂਗੇ 5,95,000 ਦਾ। ਲੈ ਬਈ 5,95,000 ਦਾ। ਤੇ ਡਿਮਾਂਡ ਕੀ ਸੀ ਬਾਈ ਜੀ ਦੀ? ਇਹਦੀ ਡਿਮਾਂਡ ਹੈਗੀ 6.25। 6.25, 5,95,000 ਰੁਪਇਆ, 40,000 ਰੁਪਏ ਛੂਟ, 30,000 ਰੁਪਏ ਛੂਟ ਹੋ ਗਈ। ਟਰੈਕਟਰ ਦੇ 55 ਹਾਰਸ ਪਾਵਰ ਦਾ ਚੇਂਜਰ ਵਾਲਾ ਇਹ ਵੀ ਬਾਈ ਜੀ, ਉਹ ਵੀ ਚੇਂਜਰ ਵਾਲਾ ਸੀ। 3 ਸਪੀਡ ਜੋ ਮਰਜ਼ੀ ਲੈ ਜਾਓ ਯਾਰ, 3 ਸਪੀਡ 'ਚ ਆ ਗਿਆ। 50,000 ਦੇ ਕੇ ਟਰੈਕਟਰ ਲੈ ਜਾਓ, ਗੱਲ ਮੁੱਕੀ ਲਾਣ ਗਈ ਯਾਰ। ਠੀਕ ਹੈ, 50,000 ਰੁਪਇਆ ਦੇ ਕੇ ਟਰੈਕਟਰ ਲੈ ਜਾਓ। ਲੈ ਜਾਓ। ਲੈ ਬਾਈ, ਕੋਈ ਨਹੀਂ ਦਿੰਦਾ, ਬਾਈ ਦਾ ਦਿਲ ਬਹੁਤ ਵੱਡਾ ਗਾ। ਤੇ ਅੱਗੇ ਆ ਗਿਆ ਬਾਈ ਜੀ, ਇਹ ਆ ਗਿਆ AC। AC 10 ਮਾਲ ਇੰਜਨ ਗੇਅਰ ਦੀ ਗਾਰੰਟੀ, ਬਾਕੀ ਲੈ ਸਾਰੀ ਉਮਰ ਦੀ ਜ਼ਿੰਮੇਵਾਰੀ ਹੈ। ਠੀਕ ਹੈ। ਜਿਵੇਂ ਭਾਈ ਅੱਗੇ ਆਪਣੇ ਕੋਲ ਇੱਕ AC ਟਰੈਕਟਰ ਸੀਗਾ, ਬੜੇ ਫੋਨ ਆਏ ਨਾ ਉਹਦੇ ਵੀ। ਹਾਂ, ਵਿਕ ਗਿਆ ਬਾਈ, ਉਹ ਬਹੁਤ ਫੋਨ ਆਏ, 15 ਮਾਲ ਦੇ ਫੋਨ ਬਹੁਤ ਆਏ। ਠੀਕ ਹੈ ਜੀ। 15 ਮਾਡਲ ਦੇ ਉਹ ਪਾਵਰ ਸਟੀਅਰਿੰਗ ਚ, ਇਹ ਸਾਦੀ ਕਟਾਈ ਵਾਲਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ। ਘੋੜਾ ਬੰਪਰ ਲੱਗਿਆ ਦੇ ਦਾਂਗੇ 2,15,000 ਦਾ। ਲੈ ਵੀ 2,48,000 ਰੁਪਏ ਡਿਮਾਂਡ ਆ। 2 ਲੱਖ ਬਾਈ ਕਹਿੰਦਾ 15,000 ਦਾ ਦੇ ਦਾਂਗੇ। 8 ਦਿਨ ਬਾਅਦ ਉਹ ਚੂੰ ਕਰ ਗਿਆ ਮੇਰਾ। ਲੋਕ ਹਫਤੇ ਦੀ ਗਾਰੰਟੀ ਦਿੰਦੇ ਹੁੰਦੇ ਨੇਗੇ। ਮਹੀਨੇ ਦੀ ਗਾਰੰਟੀ ਦਿੰਦਾ ਯਾਰ ਮੈਂ, ਮਹੀਨੇ ਦੀ। ਠੀਕ ਹੈ, ਮਹੀਨੇ ਦੀ ਗਾਰੰਟੀ ਆ ਬਾਈ। ਪੈਸੇ ਉਦੋਂ ਦੇ ਜਦੋਂ ਚੰਗਾ ਲੱਗਿਆ। ਜਦੋਂ ਚੰਗਾ ਲੱਗਿਆ ਉਦੋਂ ਟਰੈਕਟਰ ਦੇ ਜਾਓ। ਤੇ ਟਾਇਰ ਟੱਪੇ ਬਾਈ ਜੀ ਦੇ? ਟਾਇਰ ਪਹਿਲੇ 70-75 ਪੈਸੇ, ਮੂਹਰਲੇ ਨਵੇਂ ਨੇ 650-16 ਦੇ। ਠੀਕ ਹੈ ਜੀ। 650-16 ਦੇ ਮੂਹਰਲੇ ਨਵੇਂ ਟਾਇਰ ਨੇ, ਪਿਛਲੇ 70-75 ਪੈਸੇ। ਰੰਗ ਪੈਂਦਾ ਓਰੀਜਨਲ ਹੈ ਬਾਈ ਜੀ? ਨਵੇਂ ਹੈਗਾ। ਓਰੀਜਨਲ। ਸੋਨਾਲੀਕਾ 35-21 ਮਾਡਲ। ਲੈ ਵੀ 21 ਮਾਡਲ ਹੈਗਾ ਸੋਨਾਲੀਕਾ 35 ਦਾ। ਹਾਂ। ਤੇਲ ਖਰਚਾ ਬਹੁਤ ਜ਼ਿਆਦਾ ਘੱਟ? ਬਹੁਤ ਜ਼ਿਆਦਾ ਘੱਟ ਹੈ। ਪਾਵਰ ਸਟੀਅਰਿੰਗ ਹੈ। ਪਾਵਰ ਸਟੀਅਰਿੰਗ ਹੈ 39 HP ਦਾ। ਹਾਂ। ਤੇ ਟਾਇਰ ਜੀ? ਟਾਇਰ ਨਾਲ ਦੇ ਨੇ 85 ਪੈਸੇ।
ਠੀਕ ਹੈ ਜੀ, 85 ਵਜੇ ਟਾਇਰ ਨਾਲ ਦੇਣੇ। ਕਿੰਨੇ ਘੰਟੇ ਚੱਲਿਆ ਬਾਈ? 1 ਘੰਟੇ ਪਤਾ ਨਹੀਂ 1200 ਘੰਟੇ ਚੱਲਿਆ, 4.5 ਲੱਖ ਦੇ ਦਾਂਗੇ। ਠੀਕ ਹੈ ਜੀ, 4,85,000 ਰੁਪਇਆ ਡਿਮਾਂਡ ਹੈ ਬਾਈ, 4.5 ਲੱਖ ਰੁਪਏ ਦਾ ਬਾਈਕ ਦਾ ਦੇ ਦਾਂਗੇ। ਹਾਂ, ਤੇ ਅੱਗੇ ਆ ਗਿਆ ਬਾਈ ਜੀ ਦੱਸੂ ਆਪਣਾ ਜੀ 50 ਦਾ ਅੱਜ ਤੇ ਦੱਸੂ ਆ ਗਿਆ ਸੋਨਾ ਲੀਕਾ। ਤੇ ਇਹ ਕਿੰਨੇ ਮਾਡਲ ਆ ਬਾਈ ਜੀ? ਇਹ 2006 ਮਾਡਲ ਹੈ ਵੀ, 2006 ਮਾਡਲ ਆ, ਪੰਜਾਬ ਨੰਬਰ ਆ PV51। ਤੇ ਸਾਦੀ ਘਟਾ ਜਿਹੜਾ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਜੀ? ਟਾਇਰ ਨਵੇਂ ਨਿਕਲੇ ਬਾਈ ਜੀ, ਚੌਕਲੇਟ ਟਾਇਰਾਂ ਦੇ ਨਵਾਂ ਗਾ, JK 16 ਨੰਬਰ ਦੇ ਵਧੀਆ ਵਾਲੇ ਟਾਇਰ ਨੇ, 14 ਦੇ ਟਾਇਰ ਆ ਬਾਈ ਜੀ। ਤੇ ਬੈਕ ਟਾਇਰ ਦਾ ਬਿੱਲ ਵਗੈਰਾ ਮਿਲ ਜੂ ਬਾਈ ਜੀ? ਬਿਲਕੁਲ ਤਾਂ ਯਾਰ ਕਿਹੜਾ ਮਿਲਣਾ। ਠੀਕ ਹੈ ਜੀ, ਇਹਦਾ ਬਿੱਲ ਮਿਲਣਾ ਨਹੀਂ ਹੈਗਾ ਬਾਈ ਜੀ, ਰੰਗ ਪਿੰਡ ਦਾ ਜੀ, ਓਰੀਜਨਲ ਸਾਰਾ। ਠੀਕ ਹੈ, 6 ਮਾਡਲ ਤੇ ਕੀ ਡਿਮਾਂਡ ਆ ਬਾਈ ਜੀ? ਡਿਮਾਂਡ ਤਿੰਨ ਦੱਸ ਆ ਬਾਈ, 280 ਦਾ ਟਰੈਕਟਰ। ਹਾਂ ਜੀ। ਠੀਕ ਹੈ, 2,80,000 ਦਾ। ਤੇ ਬੰਦਾ ਘੈਂਟ ਆ ਬਾਈ ਜੀ, ਬਥੇਰੇ ਟਰੈਕਟਰ ਹੁੰਦੇ ਨੇ, ਹੋਰ ਟਰੈਕਟਰ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਅੱਗੇ ਆ ਗਿਆ ਬਾਈ ਜੀ? ਹਾਂ ਹਾਂ। ਠੀਕ ਹੈ ਜੀ, ਲੈ ਬਾਈ ਜੀ ਅੱਗੇ ਆ ਗਿਆ ਅਰਜਨ। ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ, ਫੁੱਲ ਗਾਰੰਟੀ ਬਾਈ, ਨਵਾਂ ਦੀ ਅਗਲਾ ਹਾਰ ਪਾ ਕੇ ਲੈ ਜੇ ਘਰੇ, ਕੋਈ ਐ ਨਹੀਂ ਆਖੂਗਾ ਬੰਦੇ ਨੂੰ ਕਿ ਟਰੈਕਟਰ ਤੂੰ ਮੰਡੀ ਚੋਂ ਲੈ ਕੇ ਆਇਆ, ਆਖਣਗੇ ਏਜੰਸੀ ਚੋਂ ਲੈ ਕੇ ਆਇਆ। ਠੀਕ ਹੈ ਜੀ, ਏਜੰਸੀ ਵਾਲਾ ਟਰੈਕਟਰ ਆ ਗਿਆ। ਬੰਦੇ ਨੇ 20,000 ਰੁਪਏ ਉੱਤੇ ਲਾਇਆ ਨੰਬਰ ਦਾ ਵੀ, ਇਹਦਾ ਨੰਬਰ ਵੀ 555 ਹੀ ਹੈ। ਮੈਂ ਪਤਾ ਨਹੀਂ ਕੱਲਾ ਪੇਂਟ ਕਰਨ ਨੂੰ 20,000 ਲਾਇਆ, ਕੱਲਾ 555 ਨਹੀਂ ਬਾਈ ਜੀ, 3-5 ਨੰਬਰ ਦੇ ਪਿੱਛੇ ਵੀ ਲੱਗੇ ਹੋਏ ਨੇ, 20,000 ਰੁਪਇਆ ਵੈਸੇ ਇਹ ਤੇ ਲੱਗਿਆ ਹੋਇਆ ਹੈਗਾ। ਕਿੰਨੇ ਘੰਟੇ ਚੱਲੇ ਤਕਰੀਬਨ ਬਾਈ ਜੀ? ਟਰੈਕਟਰ ਮੇਰੇ ਹਿਸਾਬ ਨਾਲ ਬਾਈ 800-900 ਘੰਟੇ ਮਸਾ ਚੱਲੇ। ਠੀਕ ਹੈ ਜੀ, ਤੇ ਟਾਇਰ ਟੱਪੇ ਨਾਲ ਦੀ ਨੇ? ਨਾਲ ਦਾ ਜੀ, ਸਾਰਾ ਕੁਝ। ਠੀਕ ਹੈ ਜੀ, ਤੇ ਜੇ ਕੋਈ ਆਊਗਾ ਹਾਰ ਵੀ ਲਿਆ ਦੇ ਉਹਨੂੰ? ਹਾਂ, ਹਾਰ ਦੇ ਦਾਂਗੇ। ਲੈ ਵੀ ਬਾਈ ਕਹਿੰਦਾ ਹਾਰ ਵੀ ਲਿਆ ਕੇ ਦੇ ਦਾਂਗੇ। ਤੇ ਮਾਡਲ ਬਾਈ ਜੀ? 21। ਤੇ ਕੀ ਡਿਮਾਂਡ ਹੈ ਜੀ? ਡਿਮਾਂਡ ਤਾਂ 6,10,000 ਆ, ਦੇ ਦਾਂਗੇ 5,80,000 ਦਾ। ਠੀਕ ਹੈ ਜੀ, 5,80,000 ਦਾ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ, ਜੇ ਕੋਈ ਨਵਾਂ ਟਰੈਕਟਰ ਖਰੀਦਣਾ ਚਾਹੁੰਦਾ ਗਾ, ਘੱਟੋ ਘੱਟ ਨਾ ਵਾਲਾ ਤੁਹਾਨੂੰ 1.5-2 ਲੱਖ ਰੁਪਏ ਦਾ ਫਾਇਦਾ ਹੋ ਜੂਗਾ ਸਿੱਧੇ ਸਿੱਧੇ। ਹਾਂ, ਤੇ ਆਪਣੇ ਘਰੇ ਵੀ ਖੜੇ ਆ ਟਰੈਕਟਰ? ਠੀਕ ਹੈ, ਘਰੇ ਕਿਹੜੇ ਬਾਈ ਜੀ? ਸੋਨਾਲੀਕਾ ਖੜਾ 35-22 ਮਾਡਲ। ਠੀਕ ਹੈ ਜੀ, ਉਹਦਾ ਸੌਦਾ ਹੋ ਜੂ 4,60,000 ਦਾ। ਟਰੈਕਟਰ ਬਿਲਕੁਲ ਹੀ ਨਵਾਂ ਬਾਈ, 800 ਘੰਟੇ ਚੱਲਿਆ। ਠੀਕ ਹੈ ਜੀ, ਟਰੈਕਟਰ ਨਾਲ ਦੀ ਨੇ? ਹਾਂ, ਤੇ ਇੱਕ ਖੜਾ ਇੰਡੋ ਫਾਰਮ। ਟਰੈਕਟਰ ਉਹ ਵੀ ਬਿਲਕੁਲ ਨਵਾਂ 22 ਮਾਡਲ ਉਹ। ਆਪਾਂ ਲੋਨ ਵੀ ਕਰਵਾ ਦਿੰਦੇ ਟਰੈਕਟਰਾਂ ਤੇ। ਠੀਕ ਹੈ, ਠੀਕ ਹੈ ਬਾਈ। ਤੇ ਜੇ ਕਿਰਾਏ ਤੇ ਲੈਣਾ ਹੋਵੇ ਕਿਰਾਏ ਤੇ ਵੀ ਦੇ ਦਿੰਦੇ? ਕਿਰਾਏ ਤੇ ਵੀ ਦੇ ਦਿੰਦੇ ਆ। ਟਰੈਕਟਰ 10 ਮਾਡਲ ਖੜਾ ਇੱਕ, ਉਹ ਦੇ ਦਾਂਗੇ ਆਪਾਂ 3.5 ਲੱਖ ਦਾ, ਚੌਕੜਾ ਨਵਾਂ। ਠੀਕ ਹੈ ਜੀ, ਤੇ ਇੱਕ ਖੜਾ ਬਾਈ MM60 ਸੋਨਾਲੀਕਾ, ਉਹ ਦੇ ਦਾਂਗੇ ਆਪਾਂ 3,80,000 ਦਾ। ਪਿਛਲੇ ਟਾਇਰ 80 ਪੈਸੇ, ਇੱਕ 575 ਖੜਾ। ਠੀਕ ਹੈ ਜੀ, ਡਬਲ ਕਲੱਚ ਦਾ, ਉਹ 2004 ਮਾਡਲ ਹੈ ਬਾਈ, ਟਾਇਰ ਹੈਗੇ 80 ਪੈਸੇ। ਠੀਕ ਹੈ, 4। ਠੀਕ ਹੈ ਜੀ, ਉਹ ਟਰੈਕਟਰ ਦੇ ਦਾਂਗੇ ਆਪਾਂ 2.5 ਲੱਖ। ਢਾਈ ਲੱਖ? ਹਾਂ। ਠੀਕ ਹੈ, ਛੋਟੇ ਟਰੈਕਟਰ ਤੇ ਵੱਡੇ ਟਰੈਕਟਰ ਸਾਰੇ ਹੁੰਦੇ ਨੇ ਆਪਣੇ? ਸਾਰੇ ਹੁੰਦੇ ਨੇ ਬਾਈ। ਠੀਕ ਹੈ ਬਾਈ ਜੀ, ਗੱਲ ਕਰਕੇ ਬਹੁਤ ਹੀ ਲੱਗਾ, ਧੰਨਵਾਦ। ਧੰਨਵਾਦ। ਲਓ ਬਾਈ ਜੀ, ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸੋ। ਮਿਲਦੇ ਨਵੀਆਂ ਤੱਤਕ ਲਈ, ਧੰਨਵਾਦ।